ਅੱਜ ਮੈਂ ਤਾਂ ਮੇਰੇ ਨਾਲ ਆ ਰੋਬਿਨ, ਤੁਸੀਂ ਬਾਕੀ ਵੀਡੀਓ ਵੀ ਵੇਖਿਆ ਹੋਊਗਾ। ਸੋ ਅੱਜ ਅਸੀਂ ਪਲਾਨ ਕਰ ਰਹੇ ਸੀ, ਮੈਂ ਐਕਚੁਲੀ ਇੱਕ ਫੋਨ ਲੈਣਾ ਸੀ ਨਵਾਂ, ਅਤੇ ਪੇਰੈਂਟਸ ਨੂੰ ਗਿਫਟ ਕਰਨਾ। ਪੇਰੈਂਟਸ ਨੂੰ ਪਤਾ ਗਿਫਟ ਵਾਲੀ ਗੱਲ ਨਹੀਂ ਆ, ਚਲੋ ਉਹਨਾਂ ਨੂੰ ਦੇਣਾ ਸੀ ਗਿਫਟ, ਅਤੇ ਮੈਂ ਕਿਹਾ ਚਲੋ ਚੱਲਦੇ ਹਾਂ, ਨਿਊ ਫੋਨ ਲੈ ਕੇ ਆਉਂਦੇ ਹਾਂ। ਆਪਾਂ ਦੋਨਾਂ ਨੇ ਥੋੜ੍ਹੀ ਦੇਰ ਸਰਚ ਕੀਤੀ ਸੀ ਕਿ ਕਿਹੜਾ ਫੋਨ ਲਿੱਤਾ ਜਾਵੇ। ਸੋ ਕਿਹੜਾ ਵੇਖਿਆ ਆਪਾਂ? 20-17 ਅਸੀਂ ਦੋ ਫੋਨ ਦੇਖੇ ਸੀ, Y19 ਰੀਸੈਂਟਲੀ ਲਾਂਚ ਹੋਇਆ, ਅਤੇ ਦੇਖਦੇ ਹਾਂ ਹੁਣ ਕਿਹੜਾ ਫੋਨ ਲੈਣਾ। ਹਾਲ ਬਾਜ਼ਾਰ ਜਾਂਦੇ ਹਾਂ, ਉੱਥੇ ਕਾਫੀ ਸ਼ੋਪਸ ਹੈਗੀਆਂ, ਜਿਹੜਾ ਬੈਸਟ ਡੀਲ ਦੇਊਗਾ ਬਾਈ ਉਹਦੇ ਕੋਲ ਫੋਨ ਲੈਣਾਗੇ, ਏਡੀ ਕਿਹੜੀ ਗੱਲ ਆ। ਠੀਕ ਹੈ ਜੀ, ਸੋ ਜੇ ਲੱਗੇ ਵੀਡੀਓ ਵਧੀਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਬਾਈ। ਆਪਣਾ ਚੈਨਲ ਆ, ਮੈਂ ਤੁਹਾਡਾ ਮੈਂ ਗੰਬਰ ਦਰੀਆ ਦੇ ਕਰਦੇ ਹੋ ਲਾਈਕ ਇਸੇ ਖੁਸ਼ੀ 'ਚ। ਦੋਨੋਂ ਨਾਲ ਪਹੁੰਚ ਗਏ ਹਾਲ ਬਾਜ਼ਾਰ, ਅਤੇ ਅਸੀਂ ਇੱਕ ਸ਼ੋਪ 'ਤੇ ਗਏ ਸੀ, ਉਹ ਸ਼ੋਪ 'ਤੇ ਗਏ ਅਤੇ ਉੱਥੇ ਅਸੀਂ ਦੋ ਤਿੰਨ ਫੋਨ ਟਰਾਈ ਕੀਤੇ, ਜਿਹਨਾਂ ਵਿੱਚੋਂ ਵਾਏ ਵੀ ਦੇਖਿਆ, ਵੀਵੋ ਦਾ ਵੀ ਵੀ ਦੇਖ ਲਿਆ, ਸੈਮਸੰਗ ਦਾ ਕਿਹੜਾ ਸੀ, A20S। ਹਾਂ, ਸੈਮਸੰਗ ਦਾ A20S, ਠੀਕ ਆ, ਵੀ ਦੇਖ ਲਿਆ, ਅਤੇ ਬਟ ਅਸੀਂ ਡਿਸਾਈਡ ਨਹੀਂ ਕਰ ਪਾ ਰਹੇ ਕਿਹੜਾ ਲਈਏ। ਅਤੇ ਹੁਣ ਹਾਲ ਬਾਜ਼ਾਰ ਪਹੁੰਚੇ ਹਾਂ, ਹਾਲ ਬਾਜ਼ਾਰ ਪਹੁੰਚ ਕੇ ਇੱਥੇ ਵੀ ਕਾਫੀ ਸ਼ੋਪਸ ਹੈਗੀਆਂ, ਅਤੇ ਉੱਥੇ ਘੁੰਮਦੇ ਹਾਂ ਨਾਲ, ਦੇਖਦੇ ਹਾਂ, ਅੱਜ ਫ੍ਰੀ ਹੈ ਸਾਰਾ ਦਿਨ, ਅਤੇ ਨਵਾਂ ਫੋਨ ਦੇਖਦੇ ਹਾਂ ਕਿਹੜਾ ਵਧੀਆ ਲੱਗਦਾ। ਜੇ ਵੀਡੀਓ ਵਧੀਆ ਲੱਗੀ ਨਾ ਯਾਰ, ਸ਼ੇਅਰ ਕਰ ਦਿਓ, ਲਾਈਕ ਕਮੈਂਟ ਸਭ ਕੁਝ ਕਰ ਦਿਓ, ਬਸ ਕਰ ਦਿਓ। ਇੱਕ ਦੁਕਾਨ 'ਤੇ ਗਏ ਹੁਣ ਦੋਨੋਂ ਜਾਣੇ, ਅਤੇ ਮਤਲਬ ਇੰਨਾ ਕੁ ਹਾਸਾ ਆਉਂਦਾ ਨਾ ਦੋਨਾਂ ਨੂੰ, ਕੀ ਹੋਇਆ ਰੋਬਿਨ ਦੱਸੀ? ਆਪਣਾ ਫੋਨ ਵੇਚਣ ਤੋਂ ਦੂਜੇ ਦੇ ਫੋਨ ਨੂੰ ਮਾੜਾ ਗਈ ਯਾਰ। ਮਤਲਬ ਇੱਕੋ ਸਟੋਰ, ਇੱਕ ਸਟੋਰ ਦੇ ਵਿੱਚ ਵੀਵੋ ਦਾ ਵੀ ਫੋਨ, ਸੈਮਸੰਗ ਦਾ ਵੀ ਫੋਨ, ਨੋਕੀਆ ਦਾ ਵੀ ਫੋਨ, ਅਤੇ ਮਤਲਬ ਨਾਲੇ ਯਾਰ ਵੇਲੀ ਉੱਥੋਂ ਸਾਰੇ, ਹਾਂ, ਅਤੇ ਯਾਰ ਵੇਲੀ ਨੇ ਸਾਰੇ ਆਪਸ 'ਚ, ਅਤੇ ਅਸੀਂ ਸੈਮਸੰਗ ਦਾ ਦੇਖ ਰਹੇ ਸੀ, ਅਤੇ ਸੈਮਸੰਗ ਵਾਲੇ ਕੀ ਕਹਿ ਰਹੇ ਆ, ਵੀਵੋ ਵਾਲਾ ਫੋਨ ਵਧੀਆ ਨਹੀਂ, ਵੀਵੋ ਬਹੁਤ ਮਾੜਾ, ਵੀਵੋ ਬਹੁਤ ਮਾੜਾ, ਉਹ ਵੀਵੋ ਦੀ ਬੇਇੱਜ਼ਤੀ ਕਰੀ ਜਾਂਦੇ ਆ, ਅਤੇ ਆਪਾਂ ਉਹਨੇ ਮਤਲਬ ਸਾਡਾ ਮਾਇੰਡ ਪੂਰਾ ਸੈਮਸੰਗ ਵੱਲ ਚੇਂਜ ਕਰਤਾ। ਸੋ ਹੁਣ ਕੀ ਪਲਾਨ ਆ? ਜਿਸ ਤਰ੍ਹਾਂ ਨੇ ਮਾਇੰਡ ਚੇਂਜ ਕੀਤਾ, ਸੈਮਸੰਗ ਲੈਣ ਨੂੰ ਦਿਲ ਵੀ ਕਰ ਲਿਆ। ਉਹ ਕੋਈ ਗੱਲ ਨਹੀਂ, ਵਿਹਲੇ ਸਾਰੀਆਂ ਦੁਕਾਨਾਂ ਵੇਖਣੀਆਂ, ਸਾਰਿਆਂ ਵਿੱਚ ਜਿੱਦਾਂ ਪੁੱਛਣਾ ਕਿਹਨੂੰ ਕਿਹੜਾ ਫੋਨ ਸਹੀ ਲੱਗਦਾ, ਉਹ ਹੀ ਆਪਾਂ ਲੈਣਾ, ਵੇਖ ਲਿਓ ਜੋ ਮਰਜ਼ੀ ਹੋ ਜਾਵੇ, ਠੀਕ ਆ, ਕਰੋ ਵੀਡੀਓ ਨੂੰ ਇੰਜੋਏ ਕਰ। Thank you.
ਉਹ ਫੋਨ ਕਿਹੜਾ ਕਲਰ ਲਈਏ, ਵਾਈਟ ਕਿ ਬਲੈਕ? ਨਹੀਂ ਵਾਈਟ ਕਿ ਨੇਵੀ ਬਲੂ, ਤੇ ਡਿਸਾਈਡ ਨੇਵੀ ਬਲੂ ਹੋਇਆ ਤੇ ਕਰਦੇ ਚਲੋ ਵੇਖੋ ਵੀਡੀਓ। ਬਹੁਤ ਦੰਦੌਲਤ ਜਾ ਰਹੀ ਆ ਅੱਜ, ਸਾਲੋਂ ਕੀ ਕਠੀ ਪੀ ਹੋਈ ਦੰਦੌਲਤ, 2 ਸਾਲ ਕੀ ਯੂਟਿਊਬ ਮਨੀ। ਲੱਗਦਾ ਵਧੀਆ ਪਹਿਲੇ ਫੋਨ ਦੇ ਦੇਤਾ ਤੇ ਪੈਸੇ ਲੈਣੇ। ਬਹੁਤ ਦੰਦੌਲਤ ਜਾ ਰਹੀ ਹੈ। ਜੀ ਘਰੇ ਨਵਾਂ ਫੋਨ ਲੈ ਕੇ ਤੇ ਚੱਲਦੇ ਆ ਅੰਦਰ ਘਰੇ ਤੇ ਦੇਖਦੇ ਆ ਘਰ ਦਾ ਰਿਐਕਸ਼ਨ ਕੀ ਆ। ਨਵਾਂ ਫੋਨ ਲਿੱਤਾ ਤੇ ਅਨਬੋਕਸਿੰਗ ਤੇ ਬੰਦ ਹੀ ਆ ਤੇ ਤੁਸੀਂ ਦੇਖਿਆ ਹੋਊਗਾ, ਮਤਲਬ ਕਿਸੇ ਹੋਰ ਦੀ ਵੀ ਅਨਬੋਕਸ ਦੇਖ ਲਈ ਹੋਏਗੀ, ਬਟ ਮੈਂ ਕਿਹਾ ਚਲੋ ਮੈਂ ਵੀ ਅਨਬੋਕਸਿੰਗ ਕਰ ਦਿੰਦਾ। ਸੋ ਇਹ ਹੈ ਜੀ ਫੋਨ A30S, ਨਿਊ ਸੀਰੀਜ਼ ਹੀ ਲਾਂਚ ਹੋਈ ਆ। ਇਹ ਕਲਰ ਆ, ਇਹਦੇ ਵਿੱਚ 3 ਕਲਰ ਆਉਂਦੇ ਆ, ਵਾਈਟ, ਬਲੈਕ ਔਰ ਇੱਕ ਹੈ ਬਲੂ ਸ਼ੇਡ। ਮੈਨੂੰ ਇਹ ਵਧੀਆ ਲੱਗਾ, ਐਕਚੁਲੀ ਮੈਂ ਬਲੈਕ ਲੈਣਾ ਸੀ ਉਹ ਮਿਲਿਆ ਨਹੀਂ, ਸੋ ਉਹਦੀ ਜਗ੍ਹਾ 'ਤੇ ਆਹ ਲੈ ਲਿਆ, ਵਾਈਟ ਮੈਨੂੰ ਪਸੰਦ ਨਹੀਂ ਸੀ ਕਲਰ। ਅਤੇ ਦੈਨ ਇਹ ਹੈਗਾ ਜੀ 4GB ਰੈਮ ਦੇ ਨਾਲ, 64GB ਇਹਦੀ ਇੰਟਰਨਲ ਮੈਮਰੀ ਆ। ਇਹਦੇ ਨਾਲ ਜੋ ਮਿਲਿਆ ਤੁਹਾਨੂੰ ਉਹ ਦਿਖਾ ਦਿੰਦਾ, ਇੱਕ ਚਾਰਜਰ ਹੈ ਫਾਸਟ ਚਾਰਜਰ ਵਿਦ, ਇਹ ਹੈਗਾ ਜੀ 5 ਵੋਲਟ ਦਾ ਫਾਸਟ ਚਾਰਜਰ ਆ ਜੀ ਇਹ, ਔਰ ਇਹਦੇ ਨਾਲ ਇੱਕ ਹੈੱਡਫੋਨ, ਆਈ ਡੋਂਟ ਨੋ ਕਿਹੜੀ ਕੰਪਨੀ ਦੇ ਆ, ਬਿਕੋਜ਼ ਪਹਿਲਾਂ ਸੈਮਸੰਗ ਨੇ ਬੰਦ ਕਰਤੇ ਸੀ ਆਪਣੇ ਬਣਾਉਣੇ, ਸੋ ਇਹ ਉਹ ਆ ਜੀ। ਐਂਡ ਦੈਨ ਬਾਕੀ ਹਾਂ ਸੱਚ, ਸਭ ਤੋਂ ਮੇਨ ਜ਼ਰੂਰੀ ਚੀਜ਼ ਇਹ ਇਹਨਾਂ ਨੇ ਐਤਕੀ ਗਾਰਡ ਵੀ ਦਿੱਤਾ ਹੈ ਜੀ ਇੱਕ ਨਾਲ ਫ੍ਰੀ 'ਚ, ਮੈਂ ਦਿਖਾਉਂਦਾ ਤੁਹਾਨੂੰ। ਇਹ ਕੁਛ ਕਾਗਜ਼ ਪੜ੍ਹਨ ਵਾਸਤੇ, ਅਤੇ ਚਲੋ ਵੇਸਟੇਜ। ਇਹ ਕਵਰ, ਬੈਕ ਕਵਰ ਕੰਪਨੀ ਨੇ ਐਤਕੀ ਫ੍ਰੀ ਦਿੱਤਾ ਨਾਲ, ਸੋ ਥੈਂਕ ਯੂ ਸੈਮਸੰਗ ਵਾਲਿਓ, ਇਹ ਤੁਸੀਂ ਕਵਰ ਨਾਲ ਦੇ ਰਹੇ ਹੋ, ਕਾਸ਼ ਤੁਸੀਂ ਫਰੰਟ ਗਾਰਡ ਵੀ ਨਾਲ ਫ੍ਰੀ ਦੇ ਦਿੰਦੇ ਤਾਂ ਉਹਦਾ ਖਰਚਾ ਨਾ ਹੁੰਦਾ। ਬਾਕੀ ਆਪਣੇ ਆਪਣੇ 'ਤੇ ਡਿਪੈਂਡ ਆ, ਮੈਨੂੰ ਇਹ ਚੀਜ਼ ਵਧੀਆ ਲੱਗੀ, ਫੋਨ ਵਧੀਆ ਆ, ਬਾਕੀ ਰੇਟ ਵੀ ਰੀਜ਼ਨੇਬਲ ਆ, ਮੈਂ ਪ੍ਰਾਈਸ ਵੀ ਦੱਸਾਂਗਾ, ਸੋ ਤੁਸੀਂ ਨੈੱਟ 'ਤੇ ਜਾ ਕੇ ਦੇਖ ਸਕਦੇ ਹੋ ਇਹ ਉਨੇ ਦਾ ਆਇਆ ਜੀ। ਦੇਤਾ ਜੀ ਫੋਨ ਘਰਦਿਆਂ ਨੂੰ, ਅਤੇ ਘਰਦਿਆਂ ਨੂੰ ਹੁਣ ਪਸੰਦ ਆ ਚੁੱਕਾ ਮੇਰੇ ਹਿਸਾਬ ਨਾਲ, ਅਤੇ ਹੁਣ ਚਲਾਉਣਾ ਉਹ ਸਿੱਖ ਲੈਣਗੇ, ਹੌਲੀ ਹੌਲੀ ਉਹਨਾਂ ਨੂੰ ਸਿਖਾ ਦਿਆਂਗਾ। ਅਤੇ ਥੈਂਕ ਯੂ ਰੋਬਿਨ ਵੀਰੇ ਦਾ ਨਾਲ ਗਿਆ, ਔਰ ਅਸੀਂ ਫੋਨ ਲੈ ਕੇ ਆਏ, ਬਹੁਤ ਸਵੇਰ ਤੋਂ ਨਿਕਲੇ ਹੋਏ ਹਾਂ, ਕਾਫੀ ਟਾਈਮ ਹੋ ਗਿਆ ਸਾਨੂੰ ਘੁੰਮ ਘੁੰਮ ਕੇ ਫੋਨ ਲੈ ਕੇ ਉਹਨੂੰ। ਅਤੇ ਬਾਕੀ ਜੇ ਨਵੇਂ ਹੋ ਤਾਂ ਕੀ ਕਰਨਾ, ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਕਮੈਂਟ ਕਰ ਦਿਓ, ਤੁਹਾਡਾ ਆਪਣਾ ਚੈਨਲ ਮੈਂ ਅਮਰ ਦਰਿਆ ਕਰੋ ਬੋਲੋ, ਬਾਕੀ